ਨਹੀਂ ਇਸ ਤਰ੍ਹਾਂ ਤੂੰ ਲਗਾਣੀ। ਚਲੋ 31 ਨੰਬਰ ਭੇਜ ਹੈ, ਤੇ ਚੈਪਟਰ ਨੰਬਰ ਹੈਗਾ 14। ਇਹਦੇ ਵਿੱਚ ਜਿਵੇਂ ਕਿ ਦੱਸਿਆ ਨੇ ਪਹਿਲੇ ਡੀ ਜਾਣੀ ਹੈ, ਡੀ ਕਿਉਂ ਜਾਣੀ ਹੈ? ਕਿਉਂਕਿ ਡੀ ਦਾ ਸੱਜਾ ਵੇਲਾ, ਡੀ ਦਾ ਹਾਲਾਂਕਿ ਹੈ ਤਾਂ ਸਭਾਂ ਦੇ ਸੱਜੇ ਦੇ ਇੱਕ ਹੀ ਗੱਡੀ ਹੈ, ਲੇਕਿਨ ਡੀ ਨੇ ਸੱਜੇ ਨਾਲ ਹੀ ਘੁੰਮ ਜਾਣਾ, ਉਸ ਡੀ ਨੇ ਕਿਸੇ ਨੂੰ ਪਹਿਲ ਨਹੀਂ ਦੇਣੀ, ਇਸ ਕਰਕੇ ਡੀ ਦਾ ਸੱਜਾ ਵੇਲਾ ਮੰਨਿਆ ਜਾਏਗਾ ਔਰ ਡੀ ਸਭ ਤੋਂ ਪਹਿਲੇ ਜਾਏਗੀ। ਠੀਕ ਹੈ, ਪਹਿਲਾ ਕੁਐਸਚਨ ਪੜ੍ਹਾਂਗੇ ਅਸੀਂ, 31 ਨੰਬਰ ਪੇਜ ਤੇ 14 ਨੰਬਰ ਚੈਪਟਰ। ਪਹਿਲਾ ਕੁਐਸਚਨ, ਪਹਿਲੇ ਡੀ ਜਾਏਗੀ, ਫਿਰ ਸੀ, ਫਿਰ ਏ, ਫਿਰ ਐਚ, ਜਿਵੇਂ ਸਭ ਬਣ ਗਿਆ। ਸ਼ਾਬਾਸ਼, ਐਸ ਨੂੰ ਕਲਿੱਕ ਕਰ ਲਓ ਤੇ ਡੀਪ ਆ ਗਿਆ। ਜਸ਼ਨਦੀਪ, ਜਸ਼ਨਦੀਪ ਸੁਖਦੇਵ ਭਾਜੀ ਕਾਲ ਲੱਗੀ? ਜੋ ਸੁਖਦੇਵ ਭਾਜੀ ਵੀ ਸਾਡਾ ਗਾਇਬ ਤੇ ਨਹੀਂ ਹੋ ਗਿਆ ਕਿਰੇ? ਸੁਖਦੇਵ ਭਾਜੀ ਤੁਹਾਡੀ ਕਾਲ ਕੱਟੀ ਗਈ ਲੱਗਦਾ। ਸੁਖਦੇਵ ਭਾਜੀ ਲੱਗੀ ਹੈ? ਸੁਖਦੇਵ ਭਾਜੀ ਫਿਰ ਕਾਲ ਨਹੀਂ ਕਰ ਰਹੇ ਹੈ ਵੀ। ਸੁਖਦੇਵ ਭਾਜੀ ਤੁਸੀਂ ਲੱਗ ਗਈ ਹੈ? ਦੀਪ ਭਾਜੀ ਆ ਗਏ ਹੋ? ਜਸ਼ਨਦੀਪ, ਜਸ਼ਨਦੀਪ ਜਦ ਤੁਹਾਨੂੰ ਨਾ ਦੀਪ ਕਹੋ ਨਾ, ਕੋਈ ਦੀਪ ਕੁਆਤਰੋ ਕੋਈ ਕਿਸੇ ਨੂੰ ਕਹੋ ਵੀ, ਤੇ ਫਿਰ ਤੁਸੀਂ ਬੋਲਣਾ। ਠੀਕ ਹੈ, ਫਿਰ ਦੀਪ ਕੁਆਤਰੋ ਤੁਸੀਂ ਹੀ ਹੋ। ਹਾਂ, ਵੈਸੇ ਮੈਨੂੰ ਵੀ ਨਾਂ ਯਾਦ ਹੁੰਦਾ, ਟਾਈਮ ਲੱਗੇਗਾ ਨਾ ਫਿਰ। ਜਸ਼ਨਦੀਪ ਵੈਸੇ ਨਾਮ ਯਾਦ ਹੋ ਗਿਆ, ਲੇਕਿਨ ਦੀਪ ਕੁਆਤਰੋ ਠੀਕ ਹੈ ਤੁਹਾਡਾ? ਠੀਕ ਹੈ, ਤੇ ਅਦਰਾ ਪਹਿਲਾ ਕੁਐਸਚਨ ਹੈ, ਜੀ 631 ਨੰਬਰ ਪੇਜ ਹੈ। ਭਾਬੀ ਜੀ ਆ ਗਏ ਪਰਮੋਨਾ ਵਾਲੇ? ਭਾਬੀ ਜੀ, ਭਾਬੀ ਜੀ ਗੱਲਾਂ ਲੱਗ ਗਈਆਂ ਨਾ? ਬਰਾਵਾ, ਸ਼ਾਬਾਸ਼, ਕੋਈ ਗੱਲ ਨਹੀਂ। ਖੈਰ ਹੈ, ਉਹਨਾਂ ਨੇ ਕੱਲ ਵੀ ਛੁੱਟੀ ਇੱਕ ਮੰਗ ਹੋਰ ਮੰਗ ਲਈ ਸੀ, ਅੱਜ ਇੱਕ ਹੋਰ ਮੰਗ ਲਈ, ਕੋਈ ਗੱਲ ਨਹੀਂ। ਖੈਰ, ਚਲੋ ਠੀਕ ਹੋ ਜਾਣਗੇ, ਫਿਰ ਆ ਜਾਣਗੇ। ਹਾਂ ਹਾਂ, ਚਲੋ ਕੋਈ ਨਹੀਂ। ਖੈਰ, ਰੱਬ ਸਿਹਤ ਦੇ ਉਹਨਾਂ ਦੇ ਬੱਚੇ ਨੂੰ, ਪਹਿਲਾਂ ਬੱਚਿਆਂ ਦੀ ਸਿਹਤ ਹੋਣ, ਫਿਰ ਠੀਕ ਹੈ। 631 ਨੰਬਰ ਪੇਜ ਹੈ, ਜੈਕੀ ਆ ਗਿਆ? ਜੈਕੀ, 631 ਨੰਬਰ ਪੇਜ ਤੇ ਆ ਜਾ, ਤਾਂ ਐਚ ਨੂੰ ਕਲਿੱਕ ਕਰ ਲੈ। ਠੀਕ ਹੈ, ਇਹਦੇ ਵਿੱਚ ਕਹਿੰਦੇ ਨੇ ਨੈਲਾ ਇੰਕਰੋਚੀਆ ਰਿਪ੍ਰੈਜ਼ੈਂਟਾਤ, ਜਿਹੜਾ ਚੌਕ ਰਿਪ੍ਰੈਜ਼ੈਂਟ ਕਰਦੇ ਨੇ ਇਹ ਫਿਗੂਰਾ ਫੋਟੋ ਵਿੱਚ, ਇਹ ਵਿਕੋਲੀ ਬਹੁਤ ਸੋਹਣਾ, ਇਹ ਗੱਡੀਆਂ ਜਿਹੜੀਆਂ ਕਹਿੰਦੇ ਨੇ ਬੇ ਪੋਸ ਪਾਸਾਂ ਨੂੰ ਨੈਲਾ ਸੈਗਵੇਂ ਤੋਰਦੀਆਂ, ਇਸ ਆਰਡਰ ਵਿੱਚ ਗੱਡੀਆਂ ਲੰਘਣਗੀਆਂ। ਪਹਿਲੇ ਯਾਨੀ ਕਿ ਡੀ ਜਾਏਗੀ, ਫਿਰ ਸੀ, ਫਿਰ ਏ, ਫਿਰ ਐਚ। ਦਰੁਸਤ ਕਹਿੰਦੇ ਪਏ ਡੀ ਸੀ ਏ ਐਚ ਜਾਣਗੀਆਂ ਗੱਡੀਆਂ। ਦੂਸਰਾ ਕੁਐਸਚਨ ਹੈ, ਕਹਿੰਦੇ ਨੈਲਾ ਇੰਕਰੋਚੀਆ ਰਿਪ੍ਰੈਜ਼ੈਂਟਾਤ ਨੂੰ ਫਿਗੂਰਾ, ਜਿਹੜਾ ਚੌਂਕ ਰਿਪ੍ਰੈਜ਼ੈਂਟ ਕਰਦੇ ਨੇ ਇਸ ਫੋਟੋ ਵਿੱਚ, ਇਹ ਵਿਕੋਲੋ ਇਹ ਜਿਹੜੀ ਗੱਡੀ ਏ ਵਾਲੀ ਹੈ, ਹਾਲ ਦੈਸਰਾ ਅਕੂਪਾਤ ਆ, ਉਹਦਾ ਸੱਜਾ ਅਕੂਪਾਇਡ ਹੈ। ਇਹ ਗੱਡੀ ਦਾ ਕੀ ਕਹਿੰਦੇ ਨੇ, ਕੀ ਹੈ? ਸੱਜਾ ਅਕੂਪਾਇਡ ਹੈ। ਦਰੁਸਤ ਕਹਿੰਦੇ ਨੇ ਵੀ ਜਦ ਅਸੀਂ ਜਦ ਇਹਦੀ ਗੱਲ ਕਰ ਲਗੇ ਨਾ, ਸਿਰਫ ਅਸੀਂ ਇਹਨੂੰ ਦੇਖਾਂਗੇ, ਇਹ ਦਾ ਸੱਜੇ ਤਾਂ ਹੈਗੀ ਹੈ ਸੀ, ਇਸ ਕਰਕੇ ਇਹ ਦਾ ਸੱਜਾ ਅਕੂਪਾਇਡ ਹੈ, ਇਸ ਕਰਕੇ ਇਹ ਵੇਰ ਹੋਇਆ। 3 ਨੰਬਰ ਕੁਐਸਚਨ ਹੈ, ਨਾਲੇ ਇੰਕਰੋਚ ਰਿਪ੍ਰੈਜ਼ੈਂਟਾਤ ਨੂੰ ਫਿਗੂਰਾ, ਜਿਹੜਾ ਚੌਂਕ ਰਿਪ੍ਰੈਜ਼ੈਂਟ ਕਰਦੇ ਨੇ ਇਸ ਫੋਟੋ ਵਿੱਚ, ਜੀ ਉਹ ਤੇਰੀ ਹੈ ਵੀ ਕੋਈ ਨਹੀਂ। ਕਹਿੰਦੇ ਨੇ ਤਿੰਨ ਨੰਬਰ ਕੁਐਸਚਨ ਹੈ, 631 ਨੰਬਰ ਪੇਜ, 3 ਨੰਬਰ, 631 ਨੰਬਰ ਪੇਜ ਹੈ ਖਾਲਿਦ ਭਾਈ, 3 ਨੰਬਰ ਚੈਪਟਰ, 631 ਨੰਬਰ ਪੇਜ, 14 ਨੰਬਰ ਚੈਪਟਰ। ਤੁਸੀਂ ਮੈਸੇਜ ਕੀਤਾ, ਤੁਹਾਡਾ ਮੈਸੇਜ ਆ ਗਿਆ ਸੀ, ਤੇ ਕਹਿੰਦੇ ਲੈਂਗੁਏਜ ਰਿਪ੍ਰੈਜ਼ੈਂਟਾਤ ਨੂੰ ਫਿਗੂਰਾ, ਜਿਹੜੇ ਚੌਂਕ ਰਿਪ੍ਰੈਜ਼ੈਂਟ ਕਰਦੇ ਨੇ
ਐਸ ਫੋਰ ਟੂ ਵਿੱਚ ਇਹ ਵਿਕੋਲੀ ਡੀ ਹਾਲਾ ਪ੍ਰਚਿਦਾਂ ਦਾ ਸੁਲ ਐਲ ਸੁਲ ਵਿਕੋਲੀ ਇਸੀ ਕਹਿੰਦਾ ਡੀ ਨੂੰ ਹੈਗੀ ਹੈ ਪਹਿਲ ਸੀ ਦੇ ਉੱਤੇ ਦਰੁਸਤ ਕਹਿੰਦੇ ਪਏ ਡੀ ਨੂੰ ਪਹਿਲ ਸੀ ਦੇ ਉੱਤੇ ਹੈਗੀ ਹੈ ਡੀ ਨੂੰ ਕਿਉਂ ਪਹਿਲੇ ਕਿਉਂਕਿ ਡੀ ਨੇ ਪਹਿਲੇ ਜਾਣਾ ਦੂਸਰੇ ਨੰਬਰ ਤੇ ਸੀ ਨੇ ਜਾਣਾ ਇਸ ਕਰਕੇ ਵੇਅਰ ਹੋਇਆ ਠੀਕ ਹੈ ਚਾਰ ਨੰਬਰ ਕੁਐਸਚਨ ਹੈ ਚਾਰ ਨੰਬਰ ਕਹਿੰਦਾ ਨਾਲ ਇੰਗਲਿਸ਼ ਰਿਪ੍ਰੈਜ਼ੈਂਟਾਟ ਹੋ ਇਹ ਫਿਗੂਰਾ ਜਿਹੜਾ ਚੌਂਕ ਰਿਪ੍ਰੈਜ਼ੈਂਟ ਕਰਦੇ ਆ ਫੋਟੋ ਵਿੱਚ ਇਹ ਵੀ ਕੋਲ ਡੀ ਜਿਹੜੀ ਗੱਡੀ ਡੀ ਹੈਗੀ ਹੈ 631 ਨੰਬਰ ਪੇਜ ਡੀ ਈ ਇਲ ਪ੍ਰੀਮੋ ਦਾ ਐਦ ਇੰਪੇਨੀਆਰ ਰੈਂਕਰੋ ਚੋ ਡੀ ਪਹਿਲੀ ਗੱਡੀ ਹੈਗੀ ਜਿਹੜੀ ਇੰਟਰ ਹੋਵੇਗੀ ਚੌਂਕ ਦੇ ਵਿੱਚ ਦਰੁਸ ਕਹਿੰਦੇ ਪਏ ਵੇਅਰ ਹੋਇਆ ਪੰਜ ਨੰਬਰ ਨਾਲ ਇੰਕਰੋ ਚ ਜਿਹੜਾ ਚੌਂਕ ਰਿਪ੍ਰੈਜ਼ੈਂਟਾਟ ਰਿਪ੍ਰੈਜ਼ੈਂਟ ਕਰਦੇ ਆ ਦਰਸਾਉਂਦੇ ਨੇ ਦੱਸਦੇ ਨੇ ਪਏ ਇਨ ਫਿਗੂਰਾ ਫੋਟੋ ਵਿੱਚ ਇਸ ਦੇ ਕੋਲ ਐਚ ਉਲਟੀਮੋ ਕਹਿੰਦੇ ਐਚ ਜਿਹੜੀ ਹੈ ਐਂਡ ਤੇ ਜਾਏਗੀ ਇਹ ਦੱਤਰ ਪ੍ਰਸਾਦ ਇੰਗਰੋਜ ਜਿਹੜੀ ਐਚ ਜਿਹੜੀ ਹੈਗੀ ਹੈ ਇਹ ਐਂਡ ਤੇ ਚੌਂਕ ਪਾਰ ਕਰੀ ਆਖਰ ਤੇ ਦਰੁਸਤ ਕਹਿੰਦੇ ਇਹ ਵੀ ਵੇਰ ਹੋਇਆ ਐਚ ਜਿਹੜੀ ਹੈ ਇਹਨੇ ਆਖਰ ਤੇ ਹੀ ਚੌਂਕ ਪਾਰ ਕਰਨਾ ਠੀਕ ਹੈ ਅੱਗੇ ਕਹਿੰਦੇ ਨੇ ਨੀਲਾ ਆਪਣਾ ਪਲੀਜ਼ ਯਾਰ ਹੈਂਡ ਫਰੀ ਕਿਸੇ ਨੇ ਲਗਾਏ ਨੇ ਅੱਜ ਤਾਂ ਬੰਦਾ ਸਮਝਦਾ ਨਹੀਂ ਪਿਆ ਹੈ ਨਾ ਜਿਹਨੇ ਵੀ ਲਗਾਏ ਨੇ ਕਹਿੰਦੇ ਨੇ ਪਏ ਨਾਲੇ ਇੰਕਰੋਚ ਆਪਣਾ ਜਿਹੜਾ ਦੀਪ ਕੁਆਤਰੋ ਭਾਅ ਜੀ ਨੇ ਜਿਹੜੇ ਨਵੇਂ ਆਏ ਨੇ ਅੱਜ ਦੀਪ ਭਾਅ ਜੀ ਤੁਸੀਂ ਹੈਂਡ ਫਰੀ ਲਗਾਏ ਹੋਏ ਨੇ ਤੁਸੀਂ ਹੈਂਡ ਫਰੀ ਨਹੀਂ ਲਗਾਏ ਅੱਛਾ ਮਾਈਕ ਆਪਣਾ ਜੇ ਕੋਸ਼ਿਸ਼ ਕਰੋ ਜੇ ਤੁਹਾਡੇ ਅੱਗੇ ਵਿੱਚ ਸ਼ੋਰ ਹੈ ਨਾ ਫਿਰ ਬੰਦ ਕਰ ਦੇਣਾ ਸ਼ਾਬਾਸ਼ ਭਾਈ ਕਿਉਂਕਿ ਸਭਾ ਨੂੰ ਫਿਰ ਸ਼ੋਰ ਸੁਣਾਈ ਦੇਗਾ ਕਹਿੰਦਾ ਲੈ ਇੰਕਰੋਚ ਰਿਪ੍ਰੈਜ਼ੈਂਟਾਟ ਨੂੰ ਫਿਗੂਰਾ ਜਿਹੜਾ ਚੌਂਕ ਰਿਪ੍ਰੈਜ਼ੈਂਟ ਕਰਦੇ ਨੇ ਫੋਟੋ ਵਿੱਚ ਇਹ ਵੀ ਕੋਲ ਡੀ ਦਾਰਲਾ ਪ੍ਰੈਜ਼ੈਂਟਾ ਇਹ ਵੀ ਕੋਲ ਇਕੁਅਲ ਸੀ ਕਹਿੰਦਾ ਡੀ ਦੇ ਰਹੀ ਹੈ ਸੀ ਨੂੰ ਪਹਿਲ ਦੇਗੀ ਡੀ ਨੇ ਸੀ ਨੂੰ ਪਹਿਲ ਦੇਣੀ ਹੈ ਨਹੀਂ ਇਸ ਕਰਕੇ ਇਹ ਵੀ ਗਲਤ ਕਹਿੰਦੇ ਪਏ ਠੀਕ ਹੈ ਇਸ ਕਰਕੇ ਇਹ ਵੀ ਫਾਲਸ ਹੋਇਆ ਠੀਕ ਹੈ ਅੱਗੇ ਕਹਿੰਦੇ ਨੇ ਪਏ ਸੱਤ ਨੰਬਰ ਨਾਲੇ ਇੰਕਰੋਚ ਰਿਪ੍ਰੈਜ਼ੈਂਟਾਟ ਹੋ ਜਿਹੜਾ ਚੌਂਕ ਰਿਪ੍ਰੈਜ਼ੈਂਟ ਕਰਦੇ ਨੇ ਇਹ ਫਿਗੂਰਾ ਇਸ ਫੋਟੋ ਵਿੱਚ ਇਹ ਵੀ ਕੋਲ ਸੀ ਹੈ ਤਰਵਾ ਸਾਲਾ ਪਰ ਪ੍ਰੀਮੋ ਕਹਿੰਦੇ ਸੀ ਜਿਹੜੀ ਹੈ ਉਹ ਪਹਿਲੇ ਪਾਰ ਕਰੇਗੀ ਸੀ ਨੇ ਪਹਿਲੇ ਪਾਰ ਕਰਨਾ ਨਹੀਂ ਨਹੀਂ ਸੀ ਕਹਿੰਦੇ ਨੇ ਸੀ ਅਤਰਵਾ ਸਾਲਾ ਪ੍ਰੀਮੋ ਸਰੀ ਪਹਿਲੇ ਪਾਰ ਕਰੇ ਗਲਤ ਕਹਿੰਦੇ ਸੀ ਨੇ ਪਹਿਲੇ ਪਾਰ ਨਹੀਂ ਕਰਨਾ ਇਸ ਕਰਕੇ ਇਹ ਵੀ ਫਾਲਸ ਹੋ ਅੱਠ ਨੰਬਰ ਕੁਐਸਚਨ ਹੈ ਆਪਣਾ ਅਦੀਰ ਬਾਈ ਕਹਿੰਦੇ ਨੇ ਇੰਗਰੋਚ ਰਿਪ੍ਰੈਜ਼ੈਂਟਾਟ ਜਿਹੜਾ ਚੌਂਕ ਰਿਪ੍ਰੈਜ਼ੈਂਟ ਕਰਦੇ ਨੇ ਇਹ ਫਿਗੂਰਾ ਫੋਟੋ ਵਿੱਚ ਕਹਿੰਦੇ ਨੇ ਇਲ ਵਿਕੋਲੋ ਇਹ ਜਿਹੜੀ ਹੈ ਅਤਰਵਸਾ ਇੰਕਰੋਚੋ ਇਹ ਜਿਹੜੀ ਪਾਰ ਕਰੇਗੀ ਚੌਂਕ ਪ੍ਰੀਮਦਲ ਵਿਕੋਲੀ ਸੀ ਪਹਿਲੇ ਸੀ ਤੂੰ ਇਹਨੇ ਕਹਿੰਦੇ ਨੇ ਸੀ ਤੂੰ ਪਹਿਲੇ ਚੌਂਕ ਪਾਰ ਕਰਨਾ ਦੇਖੋ ਇਹ ਵੀ ਗਲਤ ਕਹਿੰਦੇ ਪਏ ਇਹਨੇ ਸੀ ਤੂੰ ਪਹਿਲੇ ਚੌਂਕ ਪਾਰ ਨਹੀਂ ਕਰਨਾ ਹੈ ਵੀ ਠੀਕ ਹੈ ਨੌ ਨੰਬਰ ਕੁਐਸਚਨ ਹੈ ਕਹਿੰਦੇ ਨਲਾ ਇੰਕਰੋਚ ਰਿਪ੍ਰੈਜ਼ੈਂਟਾਟ ਨੂੰ ਫਿਗੂਰਾ ਜਿਹੜਾ ਚੌਂਕ ਰਿਪ੍ਰੈਜ਼ੈਂਟ ਕਰਦੇ ਨੇ ਇਸ ਫੋਟੋ ਵਿੱਚ ਹਾਂਜੀ ਬਾਈ ਕੌਣ ਬੋਲ ਰਿਹਾ ਸਾਕਿਬ ਬਾਈ ਜ਼ਬਰ ਅੱਛਾ ਬਾਈ ਸਾਕਿਬ ਬਾਈ ਕਹਿੰਦੇ ਨਲਾ ਇੰਕਰੋਚ ਰਿਪ੍ਰੈਜ਼ੈਂਟਾਟ ਫਿਗੂਰਾ ਜਿਹੜਾ ਚੌਂਕ ਰਿਪ੍ਰੈਜ਼ੈਂਟ ਕਰਦੇ ਨੇ ਇਸ ਫੋਟੋ ਵਿੱਚ 631 ਨੰਬਰ ਪੇਜ ਹੈ ਅਤੇ 9 ਨੰਬਰ ਕੁਐਸਚਨ ਹੈ ਇਹ ਵਿਕੋਲੀ ਇਹ ਫਿਗੂਰਾ ਵਿਕੋਲੀ ਪਾਸਾ ਨਾਲ ਸੈਕੁਐਂਸ ਔਰਡਰ ਗੱਡੀਆਂ ਇਸ ਔਰਡਰ ਵੀ ਜਾਣਗੀਆਂ ਸੀ ਏ ਐਚ ਡੀ ਗਲਤ ਕਹਿੰਦੇ ਪਏ ਸੀ ਏ ਐਚ ਡੀ ਨਹੀਂ ਜਾਣਾ ਇਹ ਵੀ ਗਲਤੀਆਂ ਨੇ ਇਸ ਕਰਕੇ ਫਾਲਸ ਹੋਇਆ ਪਹਿਲੀਆਂ ਲਾਈਨਾਂ ਠੀਕ ਇਹ ਕੀ ਜਿਹੀਆਂ ਹੁੰਦੀਆਂ ਨੇ ਪਹਿਲੀਆਂ ਲਾਈਨਾਂ ਜਿਹੜੀਆਂ ਇਹਨਾਂ ਕੁਐਸਚਨ ਇਹਨਾਂ ਦੀਆਂ ਇਹ ਸੇਮ ਹੀ ਹੁੰਦੀਆਂ ਨੇ ਸਭਾਂ ਦੀਆਂ ਠੀਕ ਹੈ ਨਾਲੇ ਇੰਕਰੋਚ ਰਿਪ੍ਰੈਜ਼ੈਂਟਾਟ ਨੂੰ ਫਿਗੂਰਾ ਇਹ ਵਿਕੋਲੀ ਸੀ ਜਿਹੜੇ ਚੌਂਕ ਰਿਪ੍ਰੈਜ਼ੈਂਟ ਕਰਦੇ ਨੇ ਸੀ ਈ ਐਚ ਸੀ ਅਤੇ ਐਚ ਜਿਹੜੀਆਂ ਨੇ ਪਾਸਾ ਨੂੰ ਪਰ ਪ੍ਰੀਮੀ ਪਹਿਲੇ ਲੰਘਣਗੀਆਂ ਗਲਤ ਕਹਿੰਦੇ ਪਏ ਫਾਲਸ ਹੋਇਆ ਕਿਉਂਕਿ ਪਹਿਲੇ ਡੀ ਨੇ ਜਾਣਾ ਇਸ ਕਰਕੇ ਸੀ ਸੀ ਅਤੇ ਐਸ ਪਹਿਲੇ ਨਹੀਂ ਜਾ ਸਕਦੀ ਫਾਲਸ ਹੋਇਆ ਨੈਕਸਟ ਚੌਂਕ ਇਹ ਜਿਹਦੇ ਵਿੱਚ ਤਿੰਨ ਗੱਡੀਆਂ ਨੇ ਦੂਜੇ ਨੰਬਰ 'ਤੇ ਕਿਹੜੀ ਭਲਾ ਜਾਏਗੀ ਸੀ ਜਾਏਗੀ ਸ਼ਾਬਾਸ਼ ਯਾਨੀ ਕਿ ਪਹਿਲੇ ਨੰਬਰ 'ਤੇ ਫਿਰ ਕਿਹੜੀ ਜਾਏਗੀ ਈ ਈ ਐਲੀਫੈਂਟ ਵਾਲਾ ਠੀਕ ਹੈ ਈ ਕਿਉਂਕਿ ਉਹਦਾ ਸੱਜਾ ਵਿਲ ਹੈ ਸੀ ਨੇ ਕਿਉਂ ਨਹੀਂ ਪਹਿਲੇ ਜਾਣਾ ਕਿਉਂਕਿ ਉਹਨੇ ਖੱਬੇ ਘੁੰਮਣਾ ਫਰੰਟ ਤੋਂ ਆਉਂਦੀ ਗੱਡੀ ਨੂੰ ਪਹਿਲ ਦੇਣਾ ਲਾਜ਼ਮੀ ਉਧਰ ਹੀ ਜਦ ਵੀ ਕੋਈ ਗੱਡੀ ਖੱਬੇ ਘੁੰਮੇਗੀ ਸਾਹਮਣੇ ਤੋਂ ਆਉਂਦੀ ਗੱਡੀ ਨੂੰ ਪਹਿਲ ਦੇਗੀ ਇਸ ਕਰਕੇ
ਈ ਜਾਏਗੀ ਫਿਰ ਤੋਂ ਬਾਅਦ ਬਾਕੀ ਗੱਡੀਆਂ ਈ ਸੀ ਤੇ ਐਮ, ਠੀਕ ਹੈ, ਜਿਵੇਂ ਘੜੀ ਕਲ ਚੱਲਦੀ ਹੈ। ਪਹਿਲਾ ਕੁਐਸਚਨ ਹੈ, ਕਹਿੰਦੇ ਨੇ ਦਵਾਂ ਦਾ ਤਰਵਸਾ ਦਾ ਵਿਰੋਧ ਚੋ ਲਾਜ਼ਮ ਪਾਰਕ ਨੂੰ ਚੋਕ ਰਿਪਰੈਜ਼ੈਂਟਾਂ ਤੁਹਾਨੂੰ ਫਿਗਰ ਜਿਹੜਾ ਰਿਪਰੈਜ਼ੈਂਟ ਕਰਦੇ ਆ ਫੋਟੋ ਵਿੱਚ, ਇਲ ਬਿਕੋਲ ਈ ਟ੍ਰਾਂਜ਼ਿਟ ਪਰ ਪ੍ਰੀਮੋ, ਗੱਡੀ ਜਿਹੜੀ ਈ ਹੈਗੀ ਹੈ ਇਹ ਟ੍ਰਾਂਜ਼ਿਟ ਕਰੇਗੀ ਪਰ ਪ੍ਰੀਮੋ ਪਹਿਲੇ। ਦਰੁਸਤ, ਕਹਿੰਦੇ ਵੀ ਈ ਨੇ ਪਹਿਲੇ ਹੀ ਜਾਣਾ ਜਿਵੇਂ ਅਸੀਂ ਹੁਣ ਗੱਲ ਕਰ ਰਹੇ ਸੀ, ਇਸ ਕਰਕੇ ਅਵੇਅਰ ਹੋਇਆ। ਦੇ ਵਨ ਦੋਵੇਂ ਦੋ ਅਤਰਵਰਸਾ ਲਈ ਇੰਕਰੋਚ ਲਾਜ਼ਮੀ ਪਾਰਕ ਨੂੰ ਚੌਕ ਅਤਰਵਰਸਾ ਰਹਿੰਦੇ ਪਾਰਕ ਨਾਲ ਇੰਕਰੋਚ ਚੌਕ ਰਿਪ੍ਰੈਜ਼ੈਂਟਾਂ ਤੁਹਾਨੂੰ ਫਿਗਰ ਜਿਹੜਾ ਰਿਪ੍ਰੈਜ਼ੈਂਟ ਕਰਦੇ ਨੇ ਫੋਟੋ ਵਿੱਚ, ਇਲ ਵਿਕੋਲੀ ਸੀ ਟ੍ਰਾਂਜ਼ਿਟ ਦੋ ਪਲ ਵਿਕੋਲੀ ਈ, ਕਹਿੰਦੇ ਸੀ ਜਿਹੜੀ ਟ੍ਰਾਂਜ਼ਿਟ ਕਰੇਗੀ ਈ ਤੋਂ ਬਾਅਦ, ਸੀ ਈ ਤੋਂ ਬਾਅਦ। ਦੇਖੋ ਸਭ ਤੋਂ ਪਹਿਲੇ ਜਾਣੇ ਆ ਈ ਨੇ, ਫਿਰ ਸੀ ਨੇ, ਯਾਨੀ ਕਿ ਸੀ ਈ ਤੋਂ ਬਾਅਦ ਜਾਏਗੀ ਫਿਰ ਦਰੁਸਤ ਕਹਿੰਦੇ ਨੇ ਵੇਰ ਹੋਇਆ। ਤੀਸਰਾ ਜੋ ਕੁਐਸਚਨ ਹੈ ਦੇਵੰਦ ਅਤਰ ਵਰਸਾ ਲਈ ਇੰਕਰੋਚ ਰਿਪ੍ਰੈਜ਼ੈਂਟ ਫਿਗੂਰਾ, ਪਹਿਲੀਆਂ ਦੋ ਲਾਈਨਾਂ ਤਕਰੀਬਨ ਸੇਮ ਹੀ ਹੁੰਦੀਆਂ ਨੇ, ਠੀਕ ਹੈ। ਇਹ ਵਿਕੋਲ ਦੇਵਾਂ ਨੂੰ ਤਰਜੀਤਾ ਰਹੇ ਗੱਡੀਆਂ ਲਾਜ਼ਮੀ ਟ੍ਰਾਂਜ ਕਰਨ ਦੇ ਲਈ ਔਰ ਦਿਨ ਸੈਗਮੈਂਟ ਔਰ ਦਿਨ ਇਸ ਫੋਲੋਇੰਗ ਆਰਡਰ ਵਿੱਚ ਈ ਸੀ ਐਮ, ਈ ਸੀ ਐਮ ਦੇ ਤਰੀਕੇ ਨਾਲ, ਪਹਿਲੇ ਈ ਫਿਰ ਸੀ ਫਿਰ ਐਮ। ਦਰੁਸਤ ਕਹਿੰਦੇ ਵੇਰ ਹੋਇਆ ਵੀ ਪਹਿਲੇ ਈ ਫਿਰ ਸੀ ਫਿਰ ਐਮ ਹੀ ਪਾਰ ਕਰੇਗੀ, ਕਿਉਂਕਿ ਅਸੀਂ ਸੱਜੇ ਨੂੰ ਪਹਿਲ ਦੇਣੀ ਹਮੇਸ਼ਾ। ਦੇਵਾਂ ਦਾ ਤਰਵਰਸਾ ਰਹੇ ਇੰਕਰੋਚ ਰਿਪ੍ਰੈਜ਼ੈਂਟਾਂ ਤੁਹਾਨੂੰ ਫਿਗੂਰਾ ਚੌਂਕ ਪਾਰ ਕਰਨ ਜਿਵੇਂ ਰਿਪ੍ਰੈਜ਼ੈਂਟ ਕਰਦੇ ਹਾਂ ਇਸ ਫੋਟੋ ਵਿੱਚ, ਇਹ ਵੀ ਕੋਲ ਐਮ ਟ੍ਰਾਂਜੀਤਾ ਪਰ ਪ੍ਰੀਮੋ, ਕਹਿੰਦੇ ਐਮ ਪਹਿਲੇ ਲੰਘੇਗੀ, ਐਮ ਨੇ ਪਹਿਲੇ ਜਾਣਾ, ਨਹੀਂ ਐਮ ਨੇ ਉਲਟਾ ਐਂਡ ਤੇ ਜਾਣਾ, ਠੀਕ ਹੈ। ਇਸ ਕਰਕੇ ਬਿਲਕੁਲ ਨਾਇਤ ਫਜ਼ੂਲ ਤਰੀਨ ਗੱਲ ਕੀਤੀ ਨੇ, ਫਾਲਸ ਹੋਇਆ, ਸ਼ਾਬਾਸ਼। ਦਵਾਉਂ ਦਾ ਤਰਪਰਸਾ ਲਈ ਇੰਗਰੋਚ ਰਿਪ੍ਰੈਜ਼ੈਂਟਾਂ ਤੁਹਾਨੂੰ ਫਿਗੂਰਾ ਲਾਜ਼ਮੀ ਪਾਰਕ ਨੂੰ ਚੌਂਕ ਜਿਵੇਂ ਰਿਪ੍ਰੈਜ਼ੈਂਟ ਕਰਦੇ ਹਾਂ ਫੋਟੋ ਵਿੱਚ, ਵੀ ਕੋਲ ਦਵਾਂ ਨੂੰ ਤਰਜੀਤਾ ਸੈਗਮੈਂਟ ਤੋਂ ਔਰ ਦੀ ਨੇ ਸੀ ਪਹਿਲੇ ਐਮ ਐਦ ਈ, ਐਮ ਐਦ ਈ ਹੁੰਦਾ ਨਾ, ਇਹਦਾ ਮਤਲਬ ਹੁੰਦਾ ਈ ਡੀ ਐਦ ਔਰ ਅਤੇ, ਐਮ ਔਰ ਏ ਅਤੇ ਜਿਹੜੀਆਂ ਨੇ, ਐਮ ਅਤੇ ਈ ਜਿਹੜੀਆਂ ਨੇ, ਐਮ ਔਰ ਈ ਜਿਹੜੀਆਂ ਨੇ, ਇਹ ਕਹਿੰਦੇ ਇਹਨਾਂ ਦਾ ਮਤਲਬ ਆ ਕਿ ਇਕੱਠੀਆਂ, ਨਹੀਂ ਇਹ ਤਾਂ ਕੋਈ ਵੀ ਗੱਡੀਆਂ ਇਕੱਠੀਆਂ ਜਾਣ ਵਾਲੀ ਨਹੀਂ ਹੈ, ਪਹਿਲੇ ਸੀ ਜਾਏਗੀ, ਪਹਿਲੇ ਈ ਜਾਏਗੀ ਸੀ ਫਿਰ ਐਮ, ਇਹ ਗਲਤ ਕਹਿੰਦੇ ਪਏ ਸੀ ਐਮ ਅਤੇ ਈ, ਐਮ ਔਰ ਈ ਗਲਤ ਕਹਿੰਦੇ ਪਏ, ਫਾਲਸ ਹੋਇਆ ਵੀ। ਦਵਾਉਂ ਦਾ ਤਰਵਰਸਾ ਲਈ ਗਰੋਥ ਕਿਉਂ ਲਾਜ਼ਮੀ ਪਾਰਕ ਨੂੰ ਚੌਂਕ ਰਿਪ੍ਰੈਜ਼ੈਂਟ ਯੂਰਾਜ ਰਿਪ੍ਰੈਜ਼ੈਂਟ ਕਰਦੇ ਜਿਵੇਂ ਫੋਟੋ ਵਿੱਚ, ਇਹ ਵੀ ਕੋਲ ਐਮ ਈ ਡੀ ਐਦ ਈ, ਜਿਹੜੀ ਐਮ ਅਤੇ ਈ ਹੈ ਟ੍ਰਾਂਜੀਤਾਂ ਨੂੰ ਕੰਟੈਂਪੋਰਨੀਆ ਮੈਨ ਤੇ ਇਕੱਠੀਆਂ ਲੰਘਣਗੀਆਂ, ਟ੍ਰਾਂਜ ਕਰਨਗੀਆਂ, ਇਕੱਠੀਆਂ ਟ੍ਰਾਂਜ ਕਰਨਗੀਆਂ, ਨਹੀਂ ਕਿਉਂਕਿ ਗਲਤ ਕਹਿੰਦੇ ਪਏ ਇਹ ਫਾਲਸ ਹੋਇਆ। ਕਹਿੰਦੇ ਨਾਲੇ ਨਾਲੇ ਇੰਗਰੋਚ ਰਿਪ੍ਰੈਜ਼ੈਂਟਾਂ ਫਿਗੂਰਾ ਇਨ ਵਿਕੋਲ ਦਿਸ ਸਿੰਪਿਨਿਆਨ ਔਰ ਇੰਗਰੋਚ, ਇਹ ਗੱਡੀਆਂ ਖਾਲੀ ਕਰਨਗੀਆਂ ਚੌਂਕ ਨੂੰ, ਨਾਲੇ ਸੈਗਵੇਂ ਦੌਰ ਦੀ ਇਸ ਆਰਡਰ ਵਿੱਚ, ਪਹਿਲੇ ਐਚ ਜਾਏਗੀ ਫਿਰ ਡੀ ਫਿਰ ਬੀ, ਐਚ ਡੀ ਬੀ। ਦਰੁਸਤ ਕਹਿੰਦੇ ਵੀ ਫਿਰ ਹੋਇਆ ਵੀ ਪਹਿਲੇ ਐਚ ਜਾਏਗੀ ਫਿਰ ਡੀ ਜਾਏਗੀ ਫਿਰ ਬੀ ਜਾਏਗੀ। ਅੱਗੇ ਕਹਿੰਦੇ ਨਾਲੇ ਇੰਗਰੋਚ ਰਿਪ੍ਰੈਜ਼ੈਂਟਾਂ ਫਿਗੂਰਾ ਜਿਹੜਾ ਚੌਂਕ ਰਿਪ੍ਰੈਜ਼ੈਂਟ ਕਰਦੇ ਨੇ ਫੋਟੋ ਵਿੱਚ, ਇਨ ਵਿਕੋਲ ਬੀ ਦੇ ਪਸਾਰੇ ਪਰ ਉਲਟਿਮੋ, ਬੀ ਲਾਜ਼ਮੀ ਹੈ ਲੰਘੇਗੀ ਐਂਡ ਤੇ। ਦੋ ਨੰਬਰ ਕੁਐਸਚਨ ਹੈ ਆਪਣਾ ਲਿਖੀ ਪੈ ਜੀ ਤੇ 600 ਤੇ ਕਿੱਦਾਂ 33 ਨੰਬਰ ਪੇਜ ਹੈ, ਠੀਕ ਹੈ, 633 ਨੰਬਰ ਪੇਜ, ਦੋ ਨੰਬਰ ਕੁਐਸਚਨ ਕਹਿੰਦੇ ਨੇ ਜੀ ਦੇਖੋ ਇਹਦੇ ਵਿੱਚ ਕਿਹੜੀਆਂ ਗੱਡੀਆਂ ਪਹਿਲਾਂ ਜਾਣਗੀਆਂ, ਪਹਿਲੇ ਕਿਹੜੀ ਜਾਏਗੀ, ਪਹਿਲਾਂ ਐਚ ਜਾਏਗੀ, ਐਚ ਜਾਏਗੀ ਕਿਉਂਕਿ ਐਚ ਦਾ ਸੱਜਾ ਵਿਹਲਾ ਵੇ, ਕਿਉਂਕਿ ਐਚ ਨੇ ਨਾਲ ਹੀ ਘੁੰਮ ਜਾਣਾ, ਠੀਕ ਹੈ। ਫਿਰ ਡੀ ਜਾਏਗੀ ਕਿੰਨੇ ਕਿਹੜੀ ਨੇ ਜਿਹੜੀ ਜਿੱਧਰ ਲਾਈਨ ਪਈ ਹੈ, ਸੀ ਦਾ ਨਿਸ਼ਾਨ ਪਿਆ ਸਿਰਫ ਉੱਧਰ ਜਾਣਾ ਗੱਡੀਆਂ ਨੇ, ਠੀਕ ਹੈ, ਜਿੱਦਾਂ ਲਾਈਨ ਪਈ ਹੈ। ਹੁਣ ਐਚ ਨੇ ਨਾਲ ਹੀ ਘੁੰਮ ਜਾਣਾ, ਬੀ ਨੂੰ ਕਿਉਂ ਨਹੀਂ ਪਹਿਲ ਹੈਗੀ, ਕਿਉਂਕਿ ਬੀ ਨੇ ਖੱਬੇ ਘੁੰਮਣਾ, ਫਰੰਟ ਤੋਂ ਆਉਂਦੀ ਗੱਡੀ ਨੂੰ ਪਹਿਲ ਦੇਗੀ, ਸ਼ਾਬਾਸ਼, ਠੀਕ ਹੈ। ਕਿਹਨੇ ਦੱਸਿਆ ਜੀ, ਜਿਹੜੀ ਗੱਡੀ ਨੇ ਖੱਬੇ ਘੁੰਮਣਾ ਹੋਵੇ ਨਾ, ਉਹ ਕਿੱਧਰੋਂ ਸਾਹਮਣੇ ਤੋਂ ਆਉਂਦੀ ਗੱਡੀ ਨੂੰ ਪਹਿਲ ਦੇਗੀ, ਠੀਕ ਹੈ। ਇਸ ਕਰਕੇ ਪਹਿਲੇ ਐਚ ਜਾਏਗੀ, ਯਾਨੀ ਕਿ ਬੀ ਨੇ ਖੱਬੇ ਘੁੰਮਣਾ, ਸਾਹਮਣੇ ਤੋਂ ਆਉਂਦੀ ਗੱਡੀ ਡੀ ਨੂੰ ਪਹਿਲ ਦੇਗੀ। ਹਮੇਸ਼ਾ ਯਾਦ ਰੱਖੋ, ਜੇ ਤੁਸੀਂ ਖੱਬੇ ਘੁੰਮਣਾ ਨਾ ਤਾਂ ਸਾਹਮਣੇ ਤੋਂ ਆਉਂਦੀ ਗੱਡੀ ਨੂੰ ਤੁਸੀਂ ਪਹਿਲ ਦੇਣੀ ਹੈ, ਠੀਕ ਹੈ, ਹਮੇਸ਼ਾ ਯਾਦ ਰੱਖੋ। ਬੀ ਨੇ ਡੀ ਨੂੰ ਪਹਿਲ ਦੇਣੀ ਹੈ ਕਿਉਂਕਿ ਖੱਬੇ ਘੁੰਮਣਾ, ਫਰੰਟ ਤੋਂ ਆਉਂਦੀ ਗੱਡੀ ਹੈ, ਸੱਜੇ ਹੋ ਗਈ, ਇਸ ਕਰਕੇ ਪਹਿਲ ਦੇਣੀ ਪੈਣੀ ਹੈ ਡੀ ਨੂੰ। ਡੀ ਦੇ ਸੱਜੇ ਹੈਗੀ ਹੈ ਐਚ, ਐਚ ਦੇ ਸੱਜੇ ਐਚ ਨੇ ਨਾਲ ਹੀ ਘੁੰਮ ਜਾਣਾ, ਇਸ ਕਰਕੇ ਐਚ ਨੇ ਕਿਸੇ ਨੂੰ ਪਹਿਲ ਨਹੀਂ ਦੇਣੀ, ਐਚ ਡੀ ਬੀ। ਕਹਿੰਦੇ ਨੇ ਜੀ ਤੁਹਾਡਾ ਕ੍ਰਾਸ ਪੈਂਦਾ ਆਪਸ ਦੀ ਗੱਡੀ ਨਾਲ,
ਤੁਹਾਡਾ ਸੱਜਾ ਗਿਣਿਆ ਜਾਂਦਾ ਹੈ। ਜੀ ਕ੍ਰਾਸ ਪਵੇਗਾ, ਬਿਲਕੁਲ ਬਿਲਕੁਲ ਬਿਲਕੁਲ, ਇਸ ਤਰ੍ਹਾਂ ਵੀ ਤੁਸੀਂ ਦੇਖ ਸਕਦੇ ਹੋ, ਬਿਲਕੁਲ ਬਿਲਕੁਲ। ਹੁਣ ਕਹਿੰਦੇ ਨੇ ਪਹਿਲਾ ਕੁਐਸਚਨ ਪੜਾਂਗੇ ਅਸੀਂ, ਨਲੇ ਇੰਕਰੋਚੀ ਰਿਪ੍ਰੈਜ਼ੈਂਟਾਤ ਨ ਫਿਗੂਰਾ, ਜਿਹੜਾ ਚੌਂਕ ਰਿਪ੍ਰੈਜ਼ੈਂਟ ਕਰਦੇ ਨੇ ਫੋਟੋ ਵਿੱਚ, ਇਲ ਵਿਕੋਲੀ ਦਿਸ ਸਿੰਪਿਨਿਆਨ ਔਨ ਇੰਕਰੋਚੀਓ, ਕਹਿੰਦੇ ਖਾਲੀ ਕਰਨਗੇ ਚੌਂਕ ਨੂੰ, ਨਲੇ ਸੈਗਮੈਂਟ ਔਰ ਦੀ ਨੈਸ ਆਰਡਰ ਵਿੱਚ, ਪਹਿਲੇ ਐਚ ਜਾਏਗੀ ਨਿਕਲੇਗੀ ਚੌਂਕ ਚੋਂ ਡੀ ਤੇ ਫਿਰ ਬੀ, ਦਰੁਸਤ ਕਹਿੰਦੇ ਪੇ ਵੇਰ ਆ ਐਚ ਡੀ ਬੀ। ਕਹਿੰਦੇ ਨਲੇ ਇੰਕਰੋਚੀ ਰਿਪ੍ਰੈਜ਼ੈਂਟ ਫਿਗੂਰਾ, ਜਿਹੜਾ ਚੌਂਕ ਰਿਪ੍ਰੈਜ਼ੈਂਟ ਕਰਦੇ ਨੇ ਫੋਟੋ ਵਿੱਚ, ਵਿਕੋਲੀ ਡੀ ਦੇਵੇ ਪਸਾਰੇ ਪਰ ਉਲਤੀਮੋ, ਕਹਿੰਦੇ ਐਂਡ ਤੇ ਜਾਏ, ਡੀ ਨੇ ਐਂਡ ਤੇ ਜਾਣਾ ਹੈ, ਇਸ ਕਰਕੇ ਦਰੁਸਤ ਕਹਿੰਦੇ ਪੇ ਬੀ ਨੇ, ਸੋਰੀ ਬੀ ਨੇ ਐਂਡ ਤੇ ਜਾਣਾ, ਇਸ ਕਰਕੇ ਦਰੁਸਤ ਕਹਿੰਦੇ ਪੇ ਵੇਰ ਹੋਇਆ। ਚੌਂਕ ਰਿਪ੍ਰੈਜ਼ੈਂਟ ਕਰਦੇ ਨੇ ਫੋਟੋ ਵਿੱਚ, ਇਲ ਵਿਕੋਲੀ ਡੀ ਦੇਵੇਦਾਰ ਲਾ ਪ੍ਰਚਿਦੰਦਾ, ਡੀ ਲਾਜ਼ਮੀ ਪਹਿਲ ਦੇ ਹੈ, ਪ੍ਰਚਿਦੰਦਾ ਪਹਿਲ ਦੇ, ਅਲ ਵਿਕੋਲੀ ਐਚ ਐਚ ਨੂੰ, ਦਰੁਸਤ ਕਹਿੰਦੇ ਪੇ ਵੇਰ ਹੋਇਆ, ਡੀ ਨੇ ਐਚ ਨੂੰ ਪਹਿਲ ਦੇਣੀ ਹੈ। ਨੈਲਾ ਇੰਕਰੋਚ ਰਿਪ੍ਰੈਜ਼ੈਂਟਾਂ ਆਪਣੀ ਫਿਗੂਰਾ, ਜਿਹੜਾ ਚੌਂਕ ਰਿਪ੍ਰੈਜ਼ੈਂਟ ਕਰਦੇ ਨੇ ਫੋਟੋ ਵਿੱਚ, ਇਹ ਵਿਕੋਲੀ ਡੀ ਦੇਵੇ ਅਤੇਂਦਰ, ਡੀ ਜਿਹੜੀ ਅਤੇਂਦਰ ਇੰਤਜ਼ਾਰ ਕਰੇ ਕਿ ਇਲ ਵਿਕੋਲੀ ਬੀ ਸੀ ਆ ਟ੍ਰਾਂਜ਼ਿਟਾਤ, ਵੀ ਬੀ ਜਿਹੜੀ ਟ੍ਰਾਂਜ਼ਿਟ ਕਰ ਜਾਵੇ, ਗਲਤ ਕਹਿੰਦੇ ਪਏ, ਡੀ ਨੇ ਇੰਤਜ਼ਾਰ ਨਹੀਂ ਕਰਨਾ, ਬੀ ਨੇ ਇੰਤਜ਼ਾਰ ਕਰਨਾ, ਇਸ ਕਰਕੇ ਫਾਲਸ ਹੋਇਆ। ਇਹ ਉਲਟ ਕਹਿ ਰਹੇ ਨੇ ਇਹ ਬੀ ਨੇ ਇੰਤਜ਼ਾਰ ਕਰਨਾ, ਡੀ ਨੇ ਇੰਤਜ਼ਾਰ ਅਤੇਂਦਰ ਨਹੀਂ ਹੋ ਰਹਿਣਾ ਹੈ ਵੀ, ਠੀਕ ਹੈ, ਇਸ ਕਰਕੇ ਫਾਲਸ ਹੋ। ਇਹ ਨਲਾ ਇੰਕਰੋਚ ਰਿਪ੍ਰੈਜ਼ੈਂਟ ਫਿਗੂਰਾ, ਇਹ ਵਿਕੋਲੀ ਦਿਸ ਸਿੰਪੈਨੀਆਰ ਇੰਕਰੋਚ ਨਲਾ ਸੈਗਮੈਂਟ ਔਰ ਦੀ ਨੇ, ਕਹਿੰਦੇ ਇਸ ਆਰਡਰ ਵੀ ਗੱਡੀਆਂ ਚੌਂਕ ਤੋਂ ਨਿਕਲਣਗੀਆਂ, ਪਹਿਲੇ ਐਚ ਜਾਏਗੀ ਫਿਰ ਬੀ ਤੇ ਫਿਰ ਡੀ, ਐਚ ਬੀ ਡੀ ਜਾਣਾ ਹੈ, ਐਚ ਡੀ ਵੀ ਜਾਣਾ, ਇਸ ਕਰਕੇ ਫਾਲਸ ਹੋ। ਸ਼ਾਬਾਸ਼। ਅੱਗੇ ਕਹਿੰਦੇ ਨੇ ਭਈ ਸੱਤ ਨੰਬਰ, ਕਹਿੰਦੇ ਨਾਲ ਇੰਕਰੋਚ ਰਿਪ੍ਰੈਜ਼ੈਂਟ ਫਿਗੂਰਾ, ਵਿਕੋਲੀ ਬੀ ਜਿਹੜੀ ਗੱਡੀ ਬੀ ਹੈਗੀ ਹੈ, ਹਾਲ ਪ੍ਰਚਿੰਦਾ ਸੂ ਵਿਕੋਲ ਡੀ, ਕਹਿੰਦੇ ਬੀ ਨੂੰ ਡੀ ਤੇ ਹੈਗੀ ਪਹਿਲ, ਬੀ ਨੂੰ ਡੀ ਤੇ ਪਹਿਲ ਹੈਗੀ ਹੈ, ਨਹੀਂ ਬਿਲਕੁਲ ਨਹੀਂ ਹੈਗੀ, ਠੀਕ ਹੈ, ਇਸ ਕਰਕੇ ਗਲਤ ਕਹਿੰਦੇ ਪਏ, ਇਸ ਕਰਕੇ ਫਾਲਸ ਹੋਇਆ। ਅੱਠ ਨੰਬਰ, ਕਿਉਂਕਿ ਬੀ ਨੂੰ ਡੀ ਤੋਂ ਪਹਿਲਾਂ ਨਹੀਂ ਹੈਗੀ, ਕਹਿੰਦੇ ਨੇ ਇਹਨਾਂ ਦੇ ਵਿੱਚ ਰਿਪ੍ਰੈਜ਼ੈਂਟ ਫਿਗੂਰਾ, ਜਿਹੜਾ ਚੌਂਕ ਰਿਪ੍ਰੈਜ਼ੈਂਟ ਕਰਦੇ ਹਾਂ ਫੋਟੋ ਵਿੱਚ, ਇਹ ਵਿਕੋਲੋ ਐਚ ਈ ਬੀ ਪੋਸਨੋ ਪਸਾਰੇ ਕੌਣ ਟੈਂਪੋ ਨੇ, ਮੈਂ ਕੌਣ ਟੈਂਪੋ ਨੇ, ਮੈਂ ਤਾਂ ਇੱਕੀ ਟਾਈਮ ਤੇ ਇਕੱਠਿਆਂ, ਕਹਿੰਦੇ ਐਚ ਤੇ ਬੀ, ਐਚ ਈ ਬੀ ਇਕੱਠਿਆਂ ਇੱਕ ਟਾਈਮ ਤੇ, ਫਾਲਸ ਹੋ, ਬਰਾਵੋ, ਸ਼ਾਬਾਸ਼, ਇਸ ਕਰਕੇ ਇਕੱਠਿਆਂ ਨਹੀਂ ਲੰਘ ਸਕਦੀਆਂ ਵੀ, ਇਹ ਗਲਤ ਕਹਿੰਦੇ ਪਏ, ਫਾਲਸ ਹੋ ਗਿਆ, ਠੀਕ ਹੈ ਜੀ। ਜੇ ਐਚ ਨੇ ਨਹੀਂ, ਜੇ ਨਹੀਂ ਹੁੰਦਾ ਇਹਦੇ ਵਿੱਚ, ਜਿੱਧਰ ਤੀਰ ਦੇ ਨਿਸ਼ਾਨ ਪਏ ਉੱਧਰ ਜਾਣਗੀ ਗੱਡੀਆਂ। ਅੱਛਾ ਇੱਕ ਮਿੰਟ, ਐਚ ਨੇ ਸਿੱਧਾ ਜਾਣਾ ਹੁੰਦਾ, ਫਿਰ ਉਹਦੇ ਪਹਿਲ ਦੇਣੀ ਸੀ ਆਪਣੇ ਗੱਡੀ ਜਿਹੜੀ ਹੈ ਸਾਹਮਣੇ ਤੋਂ ਆਉਂਦੀ ਬੀ ਨੂੰ, ਫਿਰ ਉਹਦੇ ਸੱਜੇ ਤਾਂ ਆ ਜਾਂਦੇ ਨਾਲ ਲਾਈਨ, ਜਿਵੇਂ ਉਹ ਦੀਲਬਾਜੀ ਕਹਿ ਰਹੇ ਸੀ ਕ੍ਰਾਸ ਹੋ ਜਾਏ ਨਾ ਲਾਈਨ, ਤੇ ਫਿਰ ਸੱਜੇ ਨੂੰ ਪਹਿਲ ਦੇਣੀ ਬਣ ਜਾਂਦੀ ਹੈ, ਠੀਕ ਹੈ। ਅੱਗੇ ਆ ਜੀ ਚੌਥੀ ਨੰਬਰ ਤੇ, ਕਿ ਬਸ ਕਰੀਏ ਅੱਗੇ ਪੜ੍ਹਨਾ, ਬਸ ਕਰਦੇ ਹਾਂ ਯਾਰ, ਬਸ ਕਰਦੇ ਹਾਂ, ਠੀਕ ਹੈ, ਕੱਲ੍ਹ ਪੜ੍ਹਾਂਗੇ, ਠੀਕ ਹੈ, ਅਤੇ ਕੱਲ੍ਹ ਪੜ੍ਹਨਾ ਕੀ, ਕੌਣ ਪਿਆ ਕਹਿ ਰਿਹਾ ਪੜ੍ਹਨਾ ਸੀ ਕੱਲ੍ਹ, ਬੱਬੂ ਭਾਅ ਜੀ, ਬੱਬੂ ਭਾਅ ਜੀ, ਤੁਸੀਂ ਮੈਨੂੰ ਵਟਸਐਪ 'ਤੇ ਰਾਬਤਾ ਕਰੋ, ਤੁਹਾਨੂੰ ਕੰਮ ਲੱਭੇਗਾ, ਮੈਂ ਦਿਨ ਵਿੱਚ ਪੜ੍ਹਾ ਦਿੰਦਾ ਹੁੰਦਾ ਬੰਦਿਆਂ ਨੂੰ, ਠੀਕ ਹੈ, ਜਿਹੜਾ ਬੰਦਾ ਜ਼ਿਆਦਾ ਵਧੀਆ ਕਵਰ ਕਰਦਾ, ਜਿਹਨੂੰ ਲੱਗਦਾ ਮੈਂ ਵਧੀਆ ਕਰ ਰਿਹਾ, ਮੈਨੂੰ ਸਮਝ ਲੱਗ ਰਹੀ ਹੈ, ਮੈਨੂੰ ਉਸ ਤਰ੍ਹਾਂ ਦੇ ਬੰਦੇ ਚਾਹੀਦੇ ਨੇ, ਉਹਨਾਂ ਨੂੰ ਮੈਂ ਦੂਸਰੀ ਕਲਾਸ ਵੀ ਦੇਵਾਂਗਾ ਜੇ ਬੰਦੇ ਵਧੀਆ ਕਵਰ ਕਰਦੇ, ਲੇਕਿਨ ਤੁਸੀਂ ਬੱਬੂ ਭਾਅ ਜੀ ਮੈਨੂੰ ਗਲਤੀਆਂ ਨਹੀਂ ਭੇਜ ਰਹੇ, ਮੈਨੂੰ ਸਮਝ ਲੱਗ ਰਹੀ ਹੈ ਵੀ ਕਿਉਂ ਗਲਤੀਆਂ।